दोस्तों फतेहवीर दे दुबारा जन्म नूं लै के जिहड़ियां अरदासां असीं 2019 दे विच कीतियां सी ओह अज पूरियां हो गईयां ते फतेहवीर दे परिवार दे विच विआह वर्गा माहौल बनिया होया। मट शिरों वाला जो कि पंजाबी दे गीतकार आ उन्होंने फतेहवीर दे माता पिता दे नाल मिलाया ते उन्हां दे नाल गलबात की। फतेहवीर दे पिता इन्ने भावक हो गए कि उन्हां दे अखां दे विचों पानी आ गया। आज थोनू मट शेरों वाला दी उस वीडियो वल लै चलदे आ जो कि उन्होंने फतेहवीर दे माता पिता दे नाल हस्पताल दे विच जाके बनाई ते गलबात की। आजो पूरी वीडियो थोनू दिखाउणे आ। आशा मेरा रखी मालका तंदरुस्तियां बख्शी, तैनू मनो बिशारदा कि मेरी हस्ती सच्चा पाशाह तू दिन मुड़ के लिया हो, है ना, कि टुट चुकी मां ते विखर चुके बाप दे दा जग ते फिर सीर पा गया, साडे च जी आया कि साडा दुबारे फतेह वीर आ गया। बहुत अफवाहां बहुत फैलियां सी कि फतेह वीर आऊगा, पर आ गया जब अफवाहां सच्चियां हो गईयां। असीं धन्नवाद करदे आं उह अफवाहां फैलाउण वालां दा जिन्हां दी बदौलत अज फिर साडे च फतेह वीर आ गया। अज 2019 च 11 तरीक नूं संस्कार होया सी, 6वें महीने, ते अज 11 तरीक है ते दुबारे जन्म लैता है। तुहाडियां अरदासां, तुहाडियां दुआवां, ਤੁਹਾਡੀਆਂ ਆਰਤੀਆਂ, ਨਮਾਜ਼ਾਂ ਪੜ੍ਹੀਆਂ ਹੋਈਆਂ ਕੰਮ ਕਰ ਗਈਆਂ, ਬਹੁਤ ਬਹੁਤ ਮੁਬਾਰਕਾਂ ਜੀ ਕਿ ਸੇਮ ਉਹੀ ਸਰੀਰ ਆ ਗਿਆ। ਜੀ ਆਇਆਂ ਜੀ ਸਾਡੇ 'ਚ ਫਿਰ ਦੁਬਾਰੇ ਫਤਿਹਵੀਰ ਆ ਗਿਆ। ਸਾਰਿਆਂ ਨੂੰ ਮੈਂ ਇਹ ਕਹਿੰਦਾ ਕਿ ਇਹ ਅਫਗਾਹ ਨਹੀਂ, ਇਹ ਬਿਲਕੁਲ ਸੱਚ ਹੈ। ਅਸੀਂ ਹਸਪਤਾਲ ਦਾ ਅਜੇ ਨਾਂ ਨਹੀਂ ਦੱਸਣਾ ਕਿਉਂਕਿ ਹਜੇ ਸਾਡੇ ਪੇਸ਼ੈਂਟ ਮਤਲਬ ਰੈਸਟ 'ਤੇ ਨੇ। ਭੈਣ ਜੀ ਬਹੁਤ ਬਹੁਤ ਮੁਬਾਰਕਾਂ, ਕਿੱਦਾਂ ਦਾ ਲੱਗ ਰਿਹਾ ਅੱਜ? ਉਹ ਲੱਖਾਂ ਅਰਦਾਸਾਂ ਦੁਆਵਾਂ ਕੀਤੀਆਂ ਹੋਈਆਂ ਅੱਜ ਕੰਮ ਆ ਗਈਆਂ, ਹੈ ਨਾ। ਅਤੇ ਚਲੋ ਮੈਨੂੰ ਇਹ ਗੱਲ ਪੁੱਛਣੀ ਨਹੀਂ ਚਾਹੀਦੀ, ਹਜੇ ਨਾਮਕਰਨ ਤਾਂ ਹੀ ਰੱਖਿਆ ਫਤਿਹਵੀਰੀ? ਕਿਆ ਬਾਤ ਹੈ ਜੀ, ਨਾਮ ਵੀ ਕਹਿੰਦੇ ਫਤਿਹਵੀਰੀ ਰੱਖਾਂਗੇ, ਅਤੇ ਕਿੱਥੇ ਬੱਚਾ ਆਪਣਾ ਹਜੇ ਲੈਤਾ ਨਹੀਂ ਆਪਾਂ ਨਾ? ਚਲੋ ਜਲਦੀ ਤੋਂ ਜਲਦੀ ਕਰਾਂਗੇ। ਅਤੇ ਮੈਂ ਵੀ ਥੋੜ੍ਹਾ ਜਿਹਾ ਭਾਵੁਕ ਹੋ ਗਿਆ ਅੱਜ। ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆਉਣਗੇ ਪਰ ਖੁਸ਼ੀ ਦੇ ਆਉਣਗੇ। ਦਿਲ ਤੇ ਹੱਥ ਧਰ ਕੇ ਇਹ ਵੀਡੀਓ ਦੇਖਿਓ, ਤੁਹਾਨੂੰ ਯਕੀਨ ਨਹੀਂ ਆਉਣਾ ਕਿ ਸਾਡਾ ਫਤਿਹਵੀਰ ਫਿਰ ਸਾਡੇ 'ਚ ਆ ਗਿਆ। ਠੀਕ ਹੈ, ਜਿਹੜਾ ਬੋਰਵੈਲ ਦੇ ਵਿੱਚ 6-7 ਦਿਨ ਜੂਝਦਾ ਰਿਹਾ ਮੌਤ ਦੇ ਨਾਲ, ਹੈ ਨਾ, ਉਸ ਕੁਦਰਤ ਨੇ, ਸਿਆਣੇ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ, ਕੁਦਰਤ ਦੇ ਘਰ ਦੇਰ ਹੈ, ਪਰ ਹਨੇਰ ਨਹੀਂ, ਸੱਚੀ ਵਾਕਈ ਹਨੇਰ ਨਹੀਂ ਹੈਗਾ ਉਹਦੇ ਘਰ। ਅੱਜ ਸਾਡੀ ਮਾਂ ਦੀ ਕੁੱਖ ਉਹਨੇ ਦੁਬਾਰੇ ਭਰੀ ਹੈ। ਅਤੇ ਭੈਣ ਜੀ ਕਿੰਨੇ ਵਜੇ ਹੋਏ ਸੀਗੇ? 12:15 ਅੱਖਾਂ 'ਚ ਪਾਣੀ ਆ ਗਿਆ ਹੋਣਾ ਸਰ, ਹੈ ਜੀ? ਕਿਆ ਬਾਤ ਹੈ ਜੀ, ਕਿਆ ਹੁਣ ਵੀ ਅੱਖਾਂ 'ਚ ਪਾਣੀ ਆ ਗਿਆ, ਹੈ ਨਾ, ਮੇਰੇ ਆਪਣੇ ਅੱਖਾਂ 'ਚ ਪਾਣੀ ਆਇਆ ਪਿਆ। ਪਰਮਾਤਮਾ ਤੂੰ ਵਾਕਈ ਹੈਗਾ। ਅਤੇ ਥੋੜ੍ਹਾ ਜਿਹਾ ਕਿੱਦਾਂ ਦਾ ਲੱਗ ਰਿਹਾ ਅੱਜ? ਬਹੁਤ ਵਧੀਆ ਹੈ, ਬਹੁਤ ਵਧੀਆ ਲੱਗ ਰਿਹਾ। ਮੈਂ ਪਹਿਲਾਂ ਕਿਹਾ ਸੀਗਾ ਕਿ ਟੁੱਟ ਚੁੱਕੇ ਬਾਪ ਅਤੇ ਵਿਖਰ ਚੁੱਕੀ ਮਾਂ ਦੇ ਮਾਂ ਦਾ ਜਗ 'ਤੇ ਸਿਰ ਪਾ ਗਿਆ ਜੀ ਆਇਆਂ ਨੂੰ, ਸਾਡੇ 'ਚ ਫਿਰ ਇੱਕ ਵਾਰੀ ਫਤਿਹਵੀਰ ਆ ਗਿਆ। ਅਤੇ ਖੁਸ਼ੀ ਸੰਭਾਲੀ ਨਹੀਂ ਜਾਂਦੀ ਹੋਣੀ ਅੱਜ, ਅਤੇ ਤੁਹਾਡੀਆਂ ਅਰਦਾਸਾਂ ਦੁਆਵਾਂ ਕੰਮ ਕਰ ਗਈਆਂ ਜੀ। ਮੈਂ ਬਾਹਲਾ ਭਾਵੁਕ ਹੋ ਗਿਆ, ਮੈਂ ਬੋਲ ਨਹੀਂ ਸਕਦਾ, ਮੈਨੂੰ ਯਕੀਨ ਨਹੀਂ ਆਇਆ। ਅਤੇ ਬਿਲਕੁਲ ਇਹ ਸੱਚ ਹੈ, ਅਤੇ ਇਹਨੂੰ ਅਫਗਾਹ ਨਾ ਸਮਝੋ, ਆਹ ਮੁੰਡੇ ਦਾ ਪਿਓ ਹੈ ਫਤਿਹਵੀਰ ਦਾ, ਅਤੇ ਆਹ ਮੁੰਡੇ ਦੀ ਮਾਂ ਹੈ ਫਤਿਹਵੀਰ ਦੀ, ਅਤੇ ਨਾਂ ਵੀ ਕਹਿੰਦੇ ਫਤਿਹਵੀਰ ਰੱਖਣੇ, ਬਹੁਤ ਵੱਡੀ ਗੱਲ ਹੈ। ਮੈਂ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਫੇਰ ਕਰੂੰਗਾ ਅੱਜ ਇਹ ਹਾਲਤ ਦੇ ਵਿੱਚ ਹੈ ਨਹੀਂ ਗੱਲਾਂ ਬਾਤਾਂ ਕਰਨ ਦੇ। ਅਤੇ ਖੁਸ਼ੀਆਂ ਮਨਾਓ, ਢੋਲ ਵਜਾਓ ਘਰ ਘਰ, ਕਿੰਨੀਆਂ ਮਾਵਾਂ ਨੇ, ਕਿੰਨੀਆਂ ਭੈਣਾਂ ਨੇ, ਕਿੰਨੇ ਬੱਚਿਆਂ ਨੇ, ਕਿਹੜੇ ਧਰਮ ਨੇ ਨਹੀਂ ਦੁਆ ਕੀਤੀ, ਅਰਦਾਸ ਨਹੀਂ ਕੀਤੀ, ਰਿਕੁਐਸਟ ਨਹੀਂ ਕੀਤੀ, ਬੇਨਤੀ ਨਹੀਂ ਕੀਤੀ, ਅਤੇ ਅੱਜ ਸੱਚੇ ਪਾਤਸ਼ਾਹ ਨੇ ਸੁਣ ਲਈ। ਅਤੇ ਬਹੁਤੀਆਂ ਗੱਲਾਂ ਨਾ ਕਰਦੇ ਹੋ ਕਿਉਂਕਿ ਭਾਵੁਕ ਹੋ ਗਿਆ ਉਹਦਾ ਡੈਡੀ। ਬਾਈ ਜੀ ਕੋਈ ਗੱਲ ਨਹੀਂ, ਠੀਕ ਹੈ, ਅੱਜ ਤੁਹਾਡੇ ਵੀ ਅੱਖਾਂ 'ਚ ਹੰਝੂ ਆਉਣਗੇ ਪਰ ਖੁਸ਼ੀ ਦੇ, ਆਹ ਜਿਹੜੇ ਅਥਰੂ ਨੇ, ਕਿਉਂਕਿ ਆਹ ਵਿਚਾਰੀ ਨੇ ਰੋਂਦੀ ਨੇ ਦੁਆ ਅਰਦਾਸਾਂ ਕਰੀਆਂ ਸੀ ਜਿਹੜੀਆਂ ਅੱਜ ਪੂਰੀਆਂ ਹੋਈਆਂ ਨੇ ਅਰਦਾਸਾਂ। ਸਬਰ ਮੇਰੀ ਬੇਟੀ ਦਾ ਬਹੁਤ ਸਬਰ ਰੱਖਿਆ ਸੀ, ਇਹਨੂੰ ਇਹ ਕਹਿ ਰਹੇ ਸਬਰ ਦਾ ਫਲ ਮਿੱਠਾ ਹੈ, ਤੈਨੂੰ ਸਬਰ ਬਹੁ ਵਾਹਿਗੁਰੂ ਮੋੜੂ ਤੇਰਾ, ਬਹੁਤ ਬਹੁਤ ਮੁਬਾਰਕਾਂ ਜੀ। ਫਤਿਹਵੀਰ ਫੇਰ ਆ ਗਿਆ ਜਿਹੜਾ ਬੋਰਵੈਲ ਦੇ ਵਿੱਚ ਡਿੱਗਿਆ ਸੀ, ਦੁਬਾਰੇ ਸਾਡੇ 'ਚ ਆ ਗਿਆ। ਤੇ ਆਪਣੇ ਆਪਣੇ ਘਰੇ ਅੱਜ ਢੋਲ ਵਜਾਓ, ਨੱਚੋ, ਟੱਪੋ, ਖੁਸ਼ੀਆਂ ਮਨਾਓ, ਤੇ ਮੈਨੂੰ ਤੇ ਬਹੁਤ ਖੁਸ਼ੀ ਹੈ, ਮੇਰੇ ਅੱਖਾਂ 'ਚੋਂ ਪਾਣੀ ਆ ਰਹੇ ਨੇ। ਮੈਂ ਬਾਕੀ ਗੱਲ ਆਪਣੀ ਭੈਣ ਨੇ, ਹੈ ਨਾ, ਤੁਹਾਡੀ ਵਾਈਫ ਨੇ
ਕਿੰਨੀਆਂ ਰੋ ਰੋ ਕੇ ਦੁਆਵਾਂ ਕਰੀਆਂ ਹੋਣੀਆਂ ਉਹਨੇ ਕੀ ਅਸੀਂ ਸਾਰਿਆਂ ਨੇ ਯਾਰ ਉਹਨਾਂ ਦਿਨਾਂ ਦੇ ਵਿੱਚ ਕਿੰਨੀਆਂ ਦੁਆਵਾਂ ਕਿੰਨੀਆਂ ਅਰਦਾਸਾਂ ਕਰੀਆਂ ਹੈ ਨਾ ਸਾਡੀਆਂ ਅਤੇ ਜਦੋਂ ਪਤਾ ਲੱਗਿਆ ਕਿ ਬੱਚਾ ਹੋ ਗਿਆ ਬੇਟਾ ਹੋ ਗਿਆ ਤਾਂ ਕਿੱਦਾਂ ਦਾ ਮਹਿਸੂਸ ਹੋਇਆ ਮੈਂ ਕਿਹਾ ਨਾ ਕਿ ਖੁਸ਼ੀ ਦਾ ਅੱਖਾਂ ਵਿੱਚ ਨੀਰ ਆ ਗਿਆ ਹੈ ਨਾ ਬਹੁਤ ਭਾਵਕ ਹੋਏ ਨੇ ਅੱਜ ਬੋਲ ਨਹੀਂ ਸਕਦੇ ਜਿਵੇਂ ਜਿਵੇਂ ਟਾਈਮ ਆਊ ਖੁਸ਼ੀ ਸੰਭਾਲਾਂਗੇ ਅਤੇ ਹੰਝੂ ਉੱਥੇ ਵੀ ਆਏ ਸੀ ਪਰ ਜਿਹੜੇ ਅੱਜ ਹੰਝੂ ਆ ਰਹੇ ਨੇ ਇਹਨਾਂ ਦਾ ਵੀ ਕੋਈ ਸਵਾਦ ਵੱਖਰਾ ਅਤੇ ਉੱਧਰ ਤਾਂ ਸਾਨੂੰ ਪਤਾ ਹੈ ਵੀ ਸਾਡੇ ਨਾਲ ਕੀ ਹਾਸਾ ਹੋਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਅਫਵਾਹ ਨਹੀਂ ਉਹਦਾ ਡੈਡੀ ਹੈ ਅਤੇ ਪਹਿਲਾਂ ਉਹਦੀ ਮੰਮੀ ਨੂੰ ਮਿਲਾ ਕੇ ਹਟਿਆ ਸੋ ਧੰਨਵਾਦ ਜੀ ਚਲੋ ਨਾ ਹਜੇ ਨਾ ਦਿਖਾਈਏ ਕੋਈ